ਤੁਸੀਂ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਆਲਸ ਕਰ ਚੁੱਕੇ ਹੋ ਫਿਰ ਵੀ ਤੁਹਾਡੇ ਆਪਣੇ ਰਿਕੁਆਇਰਡ ਜਾਨਕਿ ਮਨ ਚਾਹੇ ਬੈਂਡਸ ਨਹੀਂ ਆ ਪਏ ਕੋਈ ਕਹਿ ਰਿਹਾ ਮੈਂ ਕੈਨੇਡਾ ਦੀ ਪੀਆਰ ਫਾਈਲ ਕੀਤੀ ਆ ਮੈਨੂੰ 877 ਬੈਂਡ ਚਾਹੀਦੇ ਸੀ ਪਰ ਬਾਰ ਬਾਰ ਆਲਸ ਕਰ ਰਹੇ ਆ ਫਿਰ ਵੀ 877 ਬੈਂਡਸ ਨਹੀਂ ਸਕੋਰ ਕੀਤੇ ਜਾ ਰਹੇ ਕਿਵੇਂ ਕੀਤੇ ਜਾ ਸਕਣਗੇ ਦੋਸਤੋ ਜੇਕਰ ਤੁਹਾਡੇ ਲਈ ਵੀ ਆਇਲਸ ਇੱਕ ਹਾਵਾ ਬਣ ਚੁੱਕਾ ਹੈ ਤੁਸੀਂ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਆਇਲਸ ਕਰ ਚੁੱਕੇ ਹੋ ਫਿਰ ਵੀ ਤੁਹਾਡੇ ਆਪਣੇ ਰਿਕੁਆਇਰਡ ਜਾਨਕਿ ਮਨ ਚਾਹੇ ਬੈਂਡਸ ਨਹੀਂ ਆ ਪਏ ਤਾਂ ਵੀਡੀਓ ਫਿਰ ਤੁਹਾਡੇ ਲਈ ਡੈਡੀਕੇਟ ਕਰ ਰਿਹਾ ਹਾਂ ਅੱਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਸ਼ਾਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਆਪਣੇ YouTube ਚੈਨਲ ਰਾਹੀਂ ਅੱਜ ਆਇਲਸ ਉੱਤੇ ਇੱਕ ਵੀਡੀਓ ਬਣਾਉਣ ਜਾ ਰਿਹਾ ਹਾਂ ਕਿਉਂਕਿ ਬੜੀ ਵੱਡੀ ਗਿਣਤੀ ਸਾਨੂੰ ਬੱਚੇ ਅਪਰੋਚ ਕਰਦੇ ਨੇ ਪਿਆਰ ਕਰਦੇ ਨੇ بڑے ਬੱਚਿਆਂ ਦਾ ਸਵਾਲ ਹੈ ਜਾਂ ਤਾਂ ਇਹ ਸਵਾਲ ਸਾਡੇ ਕੋਲ ਪਿੰਡੂ ਖੇਤਰਾਂ ਚੋਂ ਆਦਾ ਮਾਲਵੇ ਚੋਂ ਆਉਂਦਾ ਹੈ ਮਾਝੇ ਚੋਂ ਆਉਂਦਾ ਦੁਆਬੇ ਚੋਂ ਆਉਂਦਾ ਸ਼ਹਿਰੀ ਖੇਤਰ ਚੋਂ ਘੱਟ ਤੇ ਪਿੰਡੂ ਖੇਤਰ ਚੋਂ ਜ਼ਿਆਦਾ ਆਉਂਦਾ ਬੱਚਿਆਂ ਦੇ ਸਵਾਲ ਕੀ ਹੁੰਦੇ ਆ ਸਰ ਮੈਂ 4 ਵਾਰ ਆਲਟਸ ਕਰ ਲਈ 2 ਸਾਲ ਵੀ ਲੱਗ ਗਏ ਰੁਪਈਆ ਵੀ 1.5-2 ਲੱਖ ਖਰਾਬ ਕਰਤਾ ਬਟ ਰੀਡਿੰਗ ਚੋਂ ਸਾਡੇ ਪਿੰ ਬੈਂਡ ਰਹਿ ਰਹੇ ਨੇ ਭਾਜੀ ਮੈਂ 6 ਵਾਰ ਆਲਟਸ ਕਰ ਲਈ ਬਟ ਮੇਰੇ ਲਿਸਨਿੰਗ ਚੋਂ 5.5 ਬੈਂਡਸ ਰਹਿ ਰਹੇ ਨੇ ਕੋਈ ਕਹਿ ਰਿਹਾ ਮੈਂ ਕੈਨੇਡਾ ਦੀ ਪੀਆਰ ਫਾਈਲ ਕੀਤੀ ਆ ਮੈਨੂੰ 877 ਬੈਂਡ ਚਾਹੀਦੇ ਸੀ ਪਰ ਬਾਰ ਬਾਰ ਆਇਲਸ ਕਰ ਰਹੇ ਆ ਫਿਰ ਵੀ 877 ਬੈਂਡਸ ਨਹੀਂ ਸਕੋਰ ਕੀਤੇ ਜਾ ਰਹੇ ਕਿਵੇਂ ਕੀਤੇ ਜਾ ਸਕਣਗੇ ਦੋਸਤੋ ਇੱਕ ਗੱਲ ਦੱਸ ਦਿਆਂ ਆ ਆਰਐਸ ਗਲੋਬਲ ਸਕੂਲ ਆਫ ਲੈਂਗੁਏਜਸ ਜੋ ਕਿ ਆਰਐਸ ਗਲੋਬਲ ਦਾ ਹੀ ਪਾਰਟ ਹੈ ਤਕਰੀਬਨ 2018 ਦੇ ਵਿੱਚ ਅਕੈਡਮੀ ਲਾਂਚ ਕੀਤੀ ਗਈ ਸੀ ਬੱਚਿਆਂ ਦੀ ਸੇਵਾ ਲਈ ਸਾਡਾ ਆਇਲਟਸ ਵਿੱਚੋਂ ਪੈਸੇ ਕਮਾਉਣ ਦਾ ਕਦੇ ਕੋਈ ਮਕਸਦ ਨਹੀਂ ਰਿਹਾ ਕਿਉਂਕਿ ਐਜੂਕੇਸ਼ਨ ਜਿਹੜੀ ਆ ਕਦੀ ਵਕਾਊ ਨਹੀਂ ਹੋਣੀ ਚਾਹੀਦੀ ਸੋ ਆਇਲਟਸ ਸਾਡਾ ਸਿਰਫ ਜਿਹੜਾ ਨਵਾਂ ਉਪਰਾਲਾ ਕੀਤਾ ਗਿਆ ਸੀ 2018 ਦੇ ਵਿੱਚ ਅੱਜ ਲਗਭਗ 4 ਸਾਲ ਦਾ ਸਮਾਂ ਹੋ ਚੁੱਕਿਆ ਹੈ ਉਹ ਸਿਰਫ ਇਸ ਕਰਕੇ ਕੀਤਾ ਗਿਆ ਸੀ ਜਿਹੜੇ ਬੱਚੇ بار-बार مایوس ਜਾਂ ਨਰਾਸ਼ ਹੋ ਚੁੱਕੇ ਨੇ ਆਇਲਟਸ ਦੇ ਇਗਜ਼ਾਮ ਦੇ ਦੇ ਕੇ ਬਟ ਫਿਰ ਵੀ ਬੰ ਚਾਹੇ ਬੈਂਡਸ ਨਹੀਂ ਆਪ ਹੁੰਦੇ ਉਹਨਾਂ ਲਈ ਇੱਕ ਨਵਾਂ ਚਾਨਣ ਮਨਾਰਾ ਸ਼ੁਰੂ ਕੀਤਾ ਗਿਆ ਸੀ ਸੋ ਹੁਣ ਫਿਰ ਬੱਚਿਆਂ ਦੇ ਇਗਜ਼ਾਮ ਹੋ ਚੁੱਕੇ ਨੇ ਕਈਆਂ ਦੇ ਹੋ ਰਹੇ ਨੇ ਸੋ ਤੁਸੀਂ ਕੈਨੇਡਾ ਪੜਨ ਜਾਣਾ ਚਾਹੁੰਦੇ ਹੋ ਯੂਕੇ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਯੂਐਸਏ ਜਾਣਾ ਚਾਹੁੰਦੇ ਹੋ ਜਾਂ ਫਿਰ ਪੱਕੇ ਤੌਰ ਤੇ ਆਸਟ੍ਰੇਲੀਆ ਜਾਂ ਕੈਨੇਡਾ ਜਾਣਾ ਚਾਹੁੰਦੇ ਹੋ ਆਇਲਟਸ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਇੱਕ ਉਹ ਪੇਪਰ ਇੱਕ ਉਹ ਇਗਜ਼ਾਮ ਜਿਹੜਾ ਕੇਵਲ ਇੱਕ ਦਿਨ ਦਾ ਡਾਇਗਨੋਸਟਿਕ ਟੈਸਟ ਹੈ ਜਿਹੜਾ ਪ੍ਰੂਫ ਕਰਦਾ ਤੁਹਾਡੀ ਅੰਗਰੇਜ਼ੀ ਦੀ ਡਿਜੀਬਿਲਟੀ ਜਾਂ ਤੁਹਾਡੀ ਅੰਗਰੇਜ਼ੀ ਦਾ ਲੈਵਲ ਆ ਹੈ 6 ਬੈਂਡ ਦਾ 6.5 ਦਾ 7 ਦਾ ਜਾਂ 5.5 ਦਾ ਬਟ ਇਸ ਇੱਕ ਦਿਨ ਦੇ ਡਾਇਗਨੋਸਟਿਕ ਟੈਸਟ ਨੂੰ ਪੰਜਾਬ ਦੇ ਵਿੱਚ ਬੱਚਿਆਂ ਨੇ ਜਾਂ ਆ ਸੋ ਕਾਲਡ ਆਪਾਂ ਕਹਾਂ ਜੀ ਜਿਹੜੇ ਆਇਲ ਸਟ੍ਰੇਨਰਾਂ ਨੇ ਜਾਂ ਬੱਚਿਆਂ ਦੇ ਮਾਪਿਓ ਨੇ ਇੱਕ ਹਗਵਾ ਬਣਾਤਾ ਇੱਕ ਬੈਚਲਰ ਡਿਗਰੀ ਮਾਸਟਰ ਡਿਗਰੀ ਤੱਕ ਬਣਾਤਾ ਕਿਵੇਂ ਬੱਚੇ ਆਫਿਸ ਮਿਲਣ ਆਉਂਦੇ ਐ ਪਲੱਸ 2 2019 ਚ ਕੀਤੀ ਐ ਤੇ 2022 ਚ ਬੱਟਾ ਬੱਚਾ ਬੈਠਾ ਉਹਨੂੰ ਪੁੱਛੀਦਾ ਵੀ ਕੀ ਕੀਤਾ ਬੜੀ ਆਇਲਸ ਕੀਤੀ ਯਾਰ ਕਿੰਨੇ ਚ ਆਇਲਸ ਕੀਤੀ ਪੜੀ 6 ਵਾਰ ਆਇਲਸ ਕਰ ਲਈ ਮੈਂ ਹੈਰਾਨ ਹਾਂ ਮਤ ਹੋਇਆ ਉਸ ਦਿਨ ਮੁਹਾਲੀ ਵਿੱਚ ਬੈਠਾ ਔਰ ਸਮਰਾੜੇ ਦੇ ਲਾਗੇ ਤੋਂ ਕੋਈ ਬੱਚਾ ਮਿਲਣ ਆਇਆ ਲੜਕੀ 11 ਵਾਰ ਕੁੜੀ ਆਇਲਸ ਕਰ ਚੁੱਕੀ ਸੀ ਤਾਂ ਵੀ 6 ਬੈਂਡ ਵਿੱਚ ਨਹੀਂ ਆਏ ਉਹਦੇ ਕਦੀ ਰੀਡਿੰਗ ਚੋਂ ਕਦੀ ਸਪੀਕਿੰਗ ਚੋਂ 5.5 ਬੈਂਡ ਰਹਿ ਜਾਂਦੇ ਸੀ ਮੈਂ ਖੁਦ ਵੇਖ ਕੇ ਸੁਣ ਕੇ ਹੈਰਾਨ ਸੀ ਕਿ 11 ਵਾਰ ਆਇਲਸ ਕਰਨ ਚ ਘੱਟੋ ਘੱਟ ਬੱਚੇ ਨੇ 2.5 ਤੋਂ 3 ਸਾਲ ਦਾ ਸਮਾਂ ਵੀ ਖਰਾਬ ਕਰਤਾ ਇੰਨੇ ਚਿਰ ਚ ਬੱਚਾ ਇੱਕ ਬੈਚਲਰ ਡਿਗਰੀ ਕਰ ਲੈਂਦਾ ਕਮੀ ਕਿੱਥੇ ਹੈ ਕੀ ਸਾਨੂੰ ਅੰਗਰੇਜ਼ੀ ਨਹੀਂ ਹੁੰਦੀ ਯਾ ਅਸੀਂ ਜਿਹੜੀ 12ਵੀਂ ਕਲਾਸ ਤੱਕ ਅੰਗਰੇਜ਼ੀ ਪੜ੍ਹੀ ਐ ਉੱਥੇ ਕਿਹਦਰੇ ਤਰ੍ਹਾਂ ਦੀ ਕਮੀ ਰਹਿ ਗਈ ਇਹ ਸੋਚਣ ਦੀ ਲੋੜ ਆਂ ਚ ਬੜਾ ਗੰਭੀਰ ਮੁੱਦਾ ਹੈ ਕਿ ਅਸੀਂ ਆਪਣੇ ਆਇਲਟਸ ਬੈਂਡ ਕਿਉਂ ਨਹੀਂ ਲੈ ਪਾਉਂਦੇ ਜਿੰਨੀ ਸਾਨੂੰ ਰਿਕੁਆਇਰਮੈਂਟ ਆ ਇਹ ਪੰਜਾਬ ਦੀ ਬੜੀ ਵੱਡੀ ਇਤਰਾਸ ਦੀ ਐ ਬੜੀ ਵੱਡੀ ਇਤਰਾਸ ਦੀ ਉਹਨਾਂ ਬੱਚਿਆਂ ਦੇ ਲਈ ਅਸੀਂ 12ਵੀਂ ਕਲਾਸ ਪਾਸ ਤਾਂ ਕਰਦੇ ਆਂ 80% ਨੰਬਰ ਲੈ ਕੇ ਅੰਗਰੇਜ਼ੀ ਵੀ 24 70 75% ਨੰਬਰ ਹੁੰਦੇ ਆ ਪਰ ਜਦੋਂ ਅਸੀਂ ਆਇਲਟਸ ਐਗਜ਼ਾਮ ਦੇਣ ਬੈਠਦੇ ਆਂ ਕੈਨੇਡਾ ਦੀ ਰਿਕੁਆਇਰਮੈਂਟ 6 ਈਚ ਨਹੀਂ ਆ ਪਾਉਂਦੇ ਈਵਨ ਕਿ ਮੇਰੇ ਵਰਗੇ ਕਈ ਇਹੋ ਜਿਹੇ ਬੱਚੇ ਵੀ ਹੋਣਗੇ ਜਿਹੜੇ ਬਾਰ-ਬਾਰ ਪੇਪਰ ਦੇ ਕੇ ਅੱਧੀ 5.5 ਬੈਂਡ ਤੇ ਬੈਠੇ ਆ ਅੱਜ ਕੋਈ ਵੀ ਕੰਟਰੀ 5.5 ਬੈਂਡ ਅਕਸੈਪਟ ਨਹੀਂ ਕਰਦਾ ਘੱਟੋ-ਘੱਟ 6 ਬੈਂਡ ਦੇ ਨਾਲ ਬੱਚੇ ਦੀ एलिਜੀਬਿਲਟੀ ਬੰਦੀ ਆ ਵੀਜ਼ਾ ਅਪਲਾਈ ਕਰਨ ਦੀ ਚਾਹੇ ਯੂਕੇ ਚਾਹੇ ਸ਼ੇਲਿਆ ਚਾਹੇ ਕੈਨੇਡਾ ਆਰਐਸ ਗੁਪਲ ਤੁਹਾਨੂੰ ਕੀ ਦੇ ਰਿਹਾ ਆਰਐਸ ਗੁਪਲ ਦੇ ਕੋਲ ਡੈਡੀਕੇਟਿਡ ਟੀਮ ਹੈ ਸਾਡੇ ਕੋਲ ਕੋਈ 7 ਬੈਂਡ 8 ਬੈਂਡ 9 ਬੈਂਡ ਵਾਲੀ ਟੀਚਰ ਦੇ ਟ੍ਰੇਨਰ ਨਹੀਂ ਬੈਠੇ ਜੋ ਤੁਹਾਨੂੰ ਮਤਲਬ ਕਵਾਂਗੇ ਜੀ ਸਾਡੇ ਕੋਲ 8 ਬੈਂਡ ਵਾਲੇ ਟ੍ਰੇਨਰ ਹੈ ਸਾਡੇ ਕੋਲ 9 ਬੈਂਡ ਵਾਲੇ ਟ੍ਰੇਨਰ ਹੈ ਸਾਡੇ ਕੋਲ ਉਹ ਵਾਲੇ ਟ੍ਰੇਨਰ ਹੈ ਜੋ ਬੱਚੇ ਦੀ ਕਮਜ਼ੋਰੀ ਬੱਚੇ ਦੀ ਨਬਜ਼ ਪਹਿਚਾਣ ਕੇ ਉਹਦੀ ਮਦਦ ਕਰਦੇ ਨੇ ਉਹਦੇ ਬੈਂਡ ਵਧਾਉਣ ਵਿੱਚ ਐਂਡ ਜਿਹੜੇ ਬੱਚੇ ਦੇ ਖੁਦ ਦੇ 8 ਬੈਂਡ 9 ਬੈਂਡ ਹੋਣਗੇ ਇਹ ਕਦੇ ਵੀ ਜ਼ਰੂਰੀ ਨਹੀਂ ਕਿ ਕੋ ਕਿਸੇ ਪੜਾਉਣ ਵਾਲੇ ਬੱਚੇ ਦੇ ਵੀ 8 ਬੈਂਡ ਦਿਵਾ ਸਕੇ ਕਿਉਂਕਿ ਆਪਣੇ 8 ਬੈਂਡ ਲੈਣਾ ਇੱਕ ਲੱਗ ਚੀਜ਼ ਹੈ ਤੇ ਟੀਚਰ ਅਧਿਆਪਕ ਇੱਕ ਗੁਰੂ ਹੋਣਾ ਲੱਗ ਚੀਜ਼ ਹੈ ਤੁਸੀਂ ਮੇਰੀ ਇਸ ਗੱਲ ਨਾਲ ਐਗਰੀ ਹੋਵੋਗੇ ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਹੁੰਦੇ ਨੇ ਜਿਹੜੇ ਟਾਪਰ ਐ ਇਹ 80 90% ਨੰਬਰ ਲੈ ਸਕਦੇ ਨੇ ਪਰ ਜੇ ਉਹਨੂੰ ਕਿਹਾ ਜਾਵੇ ਕਿ ਜੋ ਤੈਨੂੰ ਆਉਂਦਾ ਕਲਾਸ 'ਚ ਉਹਦਾ ਗਿਆਨ ਵੰਡ ਅੱਗੇ ਕਿਸੇ ਨੂੰ ਐਕਸਪਲੇਨ ਕਰ ਦੇ ਕੈਨ ਨਾਟ ਨਹੀਂ ਕਰ ਸਕਦੇ ਆਪਣਾ ਪੜ੍ਹ ਕੇ ਉਹਦੇ ਨੰਬਰ ਵੱਧ ਲੈਣਾ ਇੱਕ ਲੱਗ ਚੀਜ਼ ਐ ਬਟ ਕਿਸੇ ਨੂੰ ਐਕਸਪਲੇਨ ਕਰਕੇ ਕਿਸੇ ਨੂੰ ਪੜ੍ਹਾਉਣਾ ਕਿਸੇ ਨੂੰ ਗਿਆਨ ਦੇਣਾ ਇੱਕ ਲੱਗ ਚੀਜ਼ ਐ ਸੋ ਸਾਡੇ ਕੋਲ ਇਹੋ ਜਿਹੇ ਟੀਚਰ ਨੇ ਜੋ ਐਕਚੁਅਲ ਬੰਦੇ ਨੂੰ ਗਿਆਨ ਵੰਡਦੇ ਆ ਐਕਚੁਅਲ ਤੌਰ ਤੇ ਉਹ ਟੀਚਰ ਉਹ ਅਧਿਆਪਕ ਨੇ ਜਿਹੜੇ ਬੱਚੇ ਦੀ ਨਬਜ਼ ਪਹਿਚਾਨਦੇ ਨੇ ਪਹਿਲਾਂ ਸਾਡੇ ਦਫ਼ਤਰ ਸਾਡੀ ਅਕੈਡਮੀ ਦੇ ਵਿੱਚ ਆਰਐਸ ਗਲੋਬਲ ਸਕੂਲ ਆਫ ਲੈਂਗੁਏਜ ਅਸੀਂ ਕੀ ਕਰਦੇ ਬੱਚੇ ਨੂੰ ਸਭ ਤੋਂ ਪਹਿਲਾਂ ਉਹਦਾ ਇੱਕ ਅਸੈਸਮੈਂਟ ਟੈਸਟ ਲਿਆ ਜਾਂਦਾ ਉਸ ਤੋਂ ਬਾਅਦ ਉਹਨੂੰ 7 ਦਿਨ ਦਾ ਕਿਹੋ ਜਿਹਾ ਸੈਸ਼ਨ ਉਹਨੂੰ ਸਪੈਸ਼ਲ ਦਿੱਤਾ ਜਾਂਦਾ ਜੇ ਚ ਉਹਦਾ ਲਿਸਨਿੰਗ ਰੀਡਿੰਗ ਰਾਈਟਿੰਗ ਸਪੀਕਿੰਗ ਚਾਰੇ ਮੋਡੂਲਸ ਵਿੱਚ ਦੇਖਿਆ ਜਾਂਦਾ ਕਿ ਬੱਚਾ ਕੰਮ ਇਹ ਕਿੱਥੇ ਖਾ ਰਿਹਾ ਅਗਰ ਬੱਚਾ ਪਹਿਲੀ ਵਾਰ ਆਇਲਸ ਕਰਨਾ ਆ ਰਿਹਾ ਫਿਰ ਤਾਂ ਚਲੋ ਲੱਗ ਚੀਜ਼ ਆ ਪਰ ਜੇ ਬੱਚਾ ਬਾਰ-ਬਾਰ ਵਾਈਲਸ ਹੀ ਕੋਚਿੰਗ ਕਿਸੇ ਹੋਰ ਕੋਚਿੰਗ ਸੈਂਟਰ ਤੋਂ ਲੈ ਚੁੱਕਾ ਕੋਈ 10000 ਰੁਪਏ ਫੀਸ ਲੈ ਰਿਆ ਕੋਈ 5000 ਰੁਪਏ ਫੀਸ ਲੈ ਰਿਆ ਕਈ ਵਾਰੀ ਵੀ ਮਸ਼ਹੂਰੀ ਕੀਤੀ ਜਾਂਦੀ ਆ ਹਮ ਪੜ੍ਹਾएंगे ਆਇਲ ਸਭ ਤੋਂ ਸਸਤੀ 999 ਰੁਪਏ ਮੇ ਕਰੇ ਆਇਲਸ ਉਹ ਪੜਾਵਾ ਮਤਲਬ ਐਜੂਕੇਸ਼ਨ ਤੁਸੀਂ ਬਾਜ਼ਾਰ ਚ ਵੇਚ ਕੇ ਮਤਲਬ ਬਿਲਕੁਲ ਸਸਤੀ ਸਬਜ਼ੀ ਵਾਂਗੂ ਵੇਚ ਦਿੱਤਾ ਐਜੂਕੇਸ਼ਨ ਕਦੇ ਵੀ ਵਕਾਈ ਨਹੀਂ ਵਕਾਉਣੀ ਹੁੰਦੀ ਅਗਰ ਪੜ੍ਹਨਾ ਚਾਹੁੰਦੇ ਹੋ ਤੇ ਚੰਗੇ ਟ੍ਰੇਨਰ ਚੰਗੇ ਟੀਚਰ ਲੱਭੋ ਮੈਂ ਬਾਕੀ ਸਭ ਬੇਕਾਰ ਆ ਬਾਕੀ ਵੀ ਚੰਗੇ ਹੋਣਗੇ ਬਟ ਤੁਹਾਨੂੰ ਇਸ ਚੀਜ਼ ਦੀ ਸਮਝ ਵੇਖਣ ਦੀ ਲੋੜ ਹੈ ਕਿ ਮੇਰੀ ਪ੍ਰੋਬਲਮ ਦਾ ਹੱਲ ਕਿੱਥੇ ਕੀਤਾ ਜਾ ਰਿਹਾ ਤੁਸੀਂ ਬਾਰ ਬਾਰ ਐਲਸ ਕਰਕੇ ਥੱਕ ਗਏ ਹੋ ਰੀਡਿੰਗ ਚੋਂ ਸਾਢੇ ਪੰਜ ਬੈਂਡ ਹੈ 6 ਨਹੀਂ ਪਾਰੇ ਸਾਡੇ ਕੋਲ ਸਪੈਸ਼ਲੀ ਉਹ ਜਿਹੇ ਟੀਚਰ ਨੇ ਸਪੈਸ਼ਲ ਉਹਨਾਂ ਦੀ ਕਲਾਸ ਸਪੈਸ਼ਲੀ ਉਹ ਜਿਹੇ ਸੈਸ਼ਨ ਦਿੱਤੇ ਜਾਂਦੇ ਨੇ ਸਪੈਸ਼ਲੀ ਉਹ ਜਿਹੇ ਟਿਪਸ ਦਿੱਤੇ ਜਾਂਦੇ ਨੇ ਤੁਸੀਂ ਸਾਢੇ ਪੰਜ ਨੂੰ 6 ਕਿਵੇਂ ਕਰ ਸਕਦੇ ਹੋ ਤੁਸੀਂ ਬਾਰ ਬਾਰ ਐਲਸ ਕਰ ਚੁੱਕੇ ਹੋ ਤੁਹਾਡੇ 7 ਬੈਂਡ ਆ ਰਹੇ ਆ 877 ਯਾ ਪਾ ਰਹੇ ਤੁਹਾਨੂੰ ਸਪੈਸ਼ਲ ਟਿਪਸ ਸਪੈਸ਼ਲ ਸੈਸ਼ਨ ਦਿੱਤੇ ਜਾਣਗੇ ਤੁਸੀਂ 877 ਕਿਵੇਂ ਲੈ ਸਕਦੇ ਹੋ ਸੋ ਸਾਡੇ ਕੋਲ ਇਹੋ ਜੀ ਫੈਕਿਲਿਟੀ ਇਹ ਜੋ ਟੀਚਰਸ ਅਵੇਲੇਬਲ ਆ ਜਿਹੜੇ ਆਈਡੀਪੀ ਤੋਂ ਟ੍ਰੇਨਡ ਤਾਂ ਹੈ ਹੀ ਹੈ ਨਾਲ ਦੀ ਨਾਲ ਪਿਛਲੇ 8 8 10 ਸਾਲ ਤੋਂ ਇਸ ਇੰਡਸਟਰੀ ਚ ਬੱਚਿਆਂ ਨੂੰ ਉਹਨਾਂ ਦੇ ਮਨ ਚਾਹੇ ਬੈਂਡ ਦਿਵਾ ਚੁੱਕੇ ਨੇ ਬੇਸਿਕਲੀ ਰਿਜ਼ਲਟ ਓਰੀਐਂਟਡ ਨੇ ਅਕੈਡਮੀ ਦੇ ਵਿੱਚ ਜਿਹੜੀ 인ਫਰਾਸਟ੍ਰਕਚਰ ਆ ਬੱਚੇ ਨੂੰ ਮਾਹੌਲ ਸਪੀਕਿੰਗ ਦਾ ਉਸ ਤਰ੍ਹਾਂ ਦਿੱਤਾ ਜਾਂਦਾ ਕਿ ਜਿਵੇਂ ਉਹ ਇੱਕ ਐਗਜ਼ਾਮ ਦੇ ਰਿਹਾ ਉਹਨੂੰ ਉਹ ਜੇ ਮੋਡਿਊਲ ਉਹ ਜੇ ਮਾਹੌਲ 'ਚ ਬਿਠਾ ਕੇ ਤਿਆਰ ਕੀਤਾ ਜਾਂਦਾ ਲਾਇਬ੍ਰੇਰੀ ਦੀ ਫੈਸਿਲਿਟੀ ਸਾਡੇ ਅਕੈਡਮੀ 'ਚ ਅਵੇਲੇਬਲ ਆ ਵਧੀਆ ਕਲਾਸਰੂਮ ਦਿੱਤੇ ਜਾਂਦੇ ਨੇ ਸੋ ਸਿਰਫ ਇੱਕ ਵਧੀਆ ਕਲਾਸਰੂਮ ਦਾ ਲਾਲਚ ਜਾਂ ਲਾਇਬ੍ਰੇਰੀ ਲਾਲਚ 'ਚ ਦੇ ਰਿਹਾ ਵਧੀਆ ਟੀਚਰ ਨੇ ਜੋ ਤੁਹਾਡੀ ਮਜਬੂਰੀ ਤੁਹਾਡੀ ਪਰੇਸ਼ਾਨੀ ਤੁਹਾਡੀ ਵੀਕਨੈਸ ਇਹ ਇੱਕ ਇਹ ਕਿ ਤੁਹਾਡੀ ਨਬਜ਼ ਪਹਿਚਾਨ ਕੇ ਤੁਹਾਨੂੰ ਪੜਾਉਂਦੇ ਆ ਔਰ ਇੱਕ ਅੱਛਾ ਗੁਰੂ ਇੱਕ ਚੰਗਾ ਅਧਿਆਪਕ ਕੋਈ ਹੈ ਜੋ ਬੱਚੇ ਨੂੰ ਉਹਦੀ ਕਮਜ਼ੋਰੀ ਵੇਖ ਕੇ ਪੜਾ ਸਕੇ ਇੱਕ ਨਲਾਇਕ ਬੱਚੇ ਨੂੰ ਵੀ ਹੁਸ਼ਿਆਰ ਬਣਾ ਸਕੇ ਉਹ ਇੱਕ ਚੰਗੇ ਅਧਿਆਪਕ ਦੀ ਨਿਸ਼ਾਨੀ ਹੈ ਸੋ ਦੋਸਤੋ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ ਜਾਂ ਕਿਸੇ ਕੰਟਰੀ ਦਾ ਸਟੂਡੈਂਟ ਵੀਜ਼ਾ ਲੈਣਾ ਜਾਂ ਪੱਕੇ ਤੌਰ ਤੇ ਆਸਟ੍ਰੇਲੀਆ ਕੈਨੇਡਾ ਜਾਣਾ ਚਾਹੁੰਦੇ ਹੋ IELTS ਕਰਨਾ ਚਾਹੁੰਦੇ ਹੋ ਜਾਂ PTE ਕਰਨਾ ਚਾਹੁੰਦੇ ਹੋ ਜਾਂ ਫਿਰ CELPIP ਟੈਸਟ ਦੇਣਾ ਚਾਹੁੰਦੇ ਹੋ ਜਾਂ ਫਿਰ ਸਪੋਕਨ ਦੀ ਤਿਆਰੀ ਕਰਨਾ ਚਾਹੁੰਦੇ ਹੋ IRS Global School of Languages ਦੀ ਟੀਮ ਤੁਹਾਡੀ ਮਦਦ ਕਰੇਗੀ ਤੁਹਾਨੂੰ ਮਨ ਚਾਹੇ ਬੈਂਡ ਲੈਣ ਵਿੱਚ ਚਾਹੇ ਤੁਹਾਡੀ ਰਿਕੁਆਇਰਮੈਂਟ 6 ਬੈਂਡ ਹੈ ਚਾਹੇ ਤੁਹਾਡੀ ਰਿਕੁਆਇਰਮੈਂਟ 7 ਬੈਂਡ ਹੈ ਚਾਹੇ ਤੁਹਾਡੀ ਰਿਕੁਆਇਰਮੈਂਟ 8 ਬੈਂਡ ਹੈ ਸੋ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ ਸਾਡੀ ਟੀਮ ਨਾਲ ਆ ਕੇ ਕਾਉਂਸਲਿੰਗ ਲੋ ਨਵੇਂ ਬੈਚ ਸਾਡੇ ਸ਼ੁਰੂ ਹੋ ਚੁੱਕੇ ਨੇ April ਤੋਂ ਸੋ ਉਮੀਦ ਕਰਦਾ ਦਾ ਦਾਵਾ ਕਰਦਾ ਕਿ ਜਿੰਨੇ ਬੈਂਡ ਦਾ ਤੁਸੀਂ ਉਮੀਦ ਜਾਂ ਸੁਪਨਾ ਲੈ ਕੇ ਆਓਗੇ ਪੇਪਰ ਤੇ ਨੋਟ ਕਰਕੇ ਲਿਖ ਕੇ ਉਹਨੇ ਬੈਂਡ ਦਵਾਏ ਜਾਣਗੇ ਉਹ ਦਿੱਤਾ ਜਾਏਗਾ ਸਮਾਂ 1 ਮਹੀਨਾ 1.5 ਮਹੀਨਾ 2 ਮਹੀਨੇ ਜਾਂ 3 ਮਹੀਨੇ ਚ ਤੁਸੀਂ ਕਿੰਨੇ ਚਿਰ ਚ ਇਹ ਆਪਣੇ ਜਿਹੜੇ ਰਿਕੁਆਇਰਡ ਬੈਂਡ ਆ ਪੂਰੇ ਕਰ ਸਕਦੇ ਹੋ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਏਗੀ ਅਗਰ ਆਇਲਟਸ ਦੇ ਮਨ ਚਾਹੇ ਬੈਂਡ ਲੈਣੇ ਆ ਤੇ ਤਮਾਮ ਉਹਨਾਂ ਬੱਚਿਆਂ ਤੱਕ ਵੀਡੀਓ ਪਹੁੰਚਾ ਦਿਓ ਤਾਂ ਕਿ ਉਹ ਵੀ ਆਰਐਸ ਗੋਬਲ ਸਕੂਲ ਆਫ ਲੈਂਗੁਏਜਸ ਦੇ ਟੀਚਰਜ਼ ਦੀ ਮਦਦ ਲੈ ਕੇ ਆਪਣੇ ਆਇਲਟਸ ਬੈਂਡ ਜਿਹੜੇ ਰਿਕੁਆਇਰਡ ਨੇ ਮਨ ਚਾਹੇ ਨੇ ਪੂਰੇ ਕਰ ਸਕਣ ਥੈਂਕ ਯੂ ਸੋ ਮਚ